केसरी जे रंग सिरा उत्ते बन के तुर जांदे आकड़ा नू हथी भन के ओ केसरी जे रंग सिरा उत्ते बन के तुर जांदे आकड़ा नू हथी भन के ओ दुनिया ते बाल के मिसाल हक्कां दी उड़ने कमाना विचों तीर हुंदिया ओ सूरमे दलेरां दी ना सोच मरदी मरदे तां मित्रा शरीर हुंदिया। सरकार 3 महीने पहला बनी है तुहानूं लगदा ही मोह भंग हो गया नशे दा? भाई भंग ही हो गया मोह, हुण तुहाडे सामणे ही आ सारा कुछ। जिहड़ा अज माहौल बणिया है इह आम आदमी पार्टी दी 3 महीने दी सरकार तों लोक ना खुश ने। की बदलाव लिआंदा यार? साडे तां नौजवान मुंडे खोले सातों साडे कौमी योधे भाई दीप सिद्धू होणी सिद्धू मूसे वालिया आ संदीप नंगलंबिया है ना, ते आ बदलाव आ यार। ਉਹ ਬਾਹਰਲੀਆਂ ਸਟੇਟਾਂ ਦੇ ਬੰਦੇ ਆ ਕੇ ਸਾਡੇ ਪੰਜਾਬ ਦੇ ਕੌਮੀ ਯੋਧੇ ਨੂੰ ਮਾਰ ਗਏ, ਸਿੱਧੂ ਮੂਸੇ ਵਾਲੇ ਨੂੰ। ਪੰਜਾਬ ਜਾਗ ਚੁੱਕਿਆ, ਨੌਜਵਾਨ ਆ ਜਿਹੜਾ ਨੌਜਵਾਨ ਪੀੜ੍ਹੀ ਆ ਯੂਥ ਆ ਉਹ ਜਾਗ ਚੁੱਕਿਆ, ਉਹਨੂੰ ਪਤਾ ਲੱਗ ਸਕਿਆ ਵੀ ਸਾਡਾ ਕੌਮੀ ਜਰਨੈਲ ਕੌਣ ਆ। ਇਸ ਵਾਰ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਜਿੱਤ ਨਸੀਬ ਹੋਊ? ਭਾਈ ਚੜ੍ਹਦੀ ਕਲਾ ਜਾ ਪੂਰੀ ਹਾਂ, ਨਸੀਬ ਹੁਣ ਤੁਹਾਨੂੰ ਪਤਾ ਜਿਹੜੀ ਲੀਡ ਆ 5000 ਤੇ ਜਾ ਰਹੀ ਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸੱਚਾ ਕੌਣ ਆ ਤੇ ਝੂਠਾ ਕੌਣ ਆ ਹੈ ਨਾ। 3 ਮਹੀਨਿਆਂ 'ਚ ਬਦਲਾਅ ਸੀ ਦੇ ਕੇ ਲੈ ਗਏ ਝਾੜੂ ਵਾਲਿਆਂ ਨੇ ਕਿਸ ਤਰ੍ਹਾਂ, ਕਿਉਂਕਿ ਇਹ ਦੂਜੀ ਆਰਐਸਐਸ ਦੇ ਬੰਦੇ ਨੇ। आम आदमी पार्टी संगरूर लोग सभा जिमनी चोण दे विच पछड़दी दिखाई दे रही है, तो सिमरनजीत मान के समर्थक इतने उत्साह दे विच ने, ते उन्हां दे वल्लों लगातार नारेबाजी की जा रही है ते उत्साह देखने मिल रहा है। तो साडे नाल नौजवान मौजूद हैं, उन्हां नाल गलबात करते हैं। बई जी की नाम है? बग्गी सरोत, पंजाबी लोक गायक जी। अच्छा जी, तो जिहड़ा अज माहौल बनया है इह आम आदमी पार्टी की 3 महीने की सरकार तो लोग ना खुश ने, या फिर तुहानूं लगता है कि जिवें संगरूर दे विच बदलाव की गल हमेशा होंदी रहिंदी है, पहलां भी सरकारां दे खिलाफ लोग इत्थों जताउंदे रहिंदे आ अपने मैंबर पार्लीमेंट ते एमएलए, ਉਹੀ ਰਵਾਇਤ ਅੱਗੇ ਚੱਲ ਰਹੀ ਹੈ? ਨਹੀਂ ਭਾਈ ਦੇਖੋ, ਹੁਣ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਨੇ 3 ਮਹੀਨਿਆਂ 'ਚ ਕਿੰਨਾ ਬਦਲਾਅ ਲਿਆਉਂਦਾ। ਕੀ ਬਦਲਾਅ ਲਿਆਉਂਦਾ ਯਾਰ? ਸਾਡੇ ਤਾਂ ਨੌਜਵਾਨ ਮੁੰਡੇ ਖੋਲ੍ਹੇ ਸਾਤੋਂ, ਸਾਡੇ ਕੌਮੀ ਯੋਧੇ ਬਾਈ ਦੀਪ ਸਿੱਧੂ ਨੇ ਸਿੱਧੂ ਮੂਸੇ ਵਾਲਿਆ ਆ ਸੰਦੀਪ ਨੰਗਲੰਬੀਆ ਹੈ ਨਾ, ਅਤੇ ਆਹ ਬਦਲਾਓ ਆ ਯਾਰ। ਸਾਡੀ ਨੌਜਵਾਨ ਪੀੜ੍ਹੀ ਤਾਂ ਘਰੇ ਆ ਕੇ ਲੋਕ ਸਾਨੂੰ ਮਾਰੀ ਜਾਂਦੇ ਨੇ, ਉਹ ਬਾਹਰਲੀਆਂ ਸਟੇਟਾਂ ਦੇ ਬੰਦੇ ਆ ਕੇ ਸਾਡੇ ਪੰਜਾਬ ਦੇ ਕੌਮੀ ਯੋਧੇ ਨੂੰ ਮਾਰ ਗਏ, ਸਿੱਧੂ ਮੂਸੇ ਵਾਲੇ ਨੂੰ। ਕਿੱਡੀ ਸਾਡੇ ਲਈ ਯਾਰ ਲਾਹਣਤ ਵਾਲੀ ਗੱਲ ਆ, CMO ਹੋਵੇ ਆ ਪੰਜਾਬ ਦਾ ਅਤੇ ਚੱਲੇ ਦਿੱਲੀ ਦੀ, ਚੱਲੇ ਦਿੱਲੀ ਦੀ ਅਤੇ CM ਪੰਜਾਬ ਦਾ ਹੋਵੇ, ਫਿਰ ਲਾਹਣਤ ਏਡੀ ਵੱਡੀ ਲਾਹਣਤ ਕੀ ਹੋਊ ਹੁਣ? ਕਿਉਂਕਿ ਪੰਜਾਬ ਜਾਗ ਚੁੱਕਿਆ, ਨੌਜਵਾਨ ਆ ਜਿਹੜਾ ਨੌਜਵਾਨ ਪੀੜ੍ਹੀ ਆ ਯੂਥ ਆ ਉਹ ਜਾਗ ਚੁੱਕਿਆ, ਉਹਨੂੰ ਪਤਾ ਲੱਗ ਸਕਿਆ ਵੀ ਸਾਡਾ ਕੌਮੀ ਜਰਨੈਲ ਕੌਣ ਆ, ਉਹ ਸਰਦਾਰ ਸਿਮਰਜੀਤ ਮਾਨ ਜੀ ਨੇ। ਇਸ ਵਾਰ ਇਹ ਤੁਹਾਨੂੰ ਕਿਉਂ ਲੱਗਦਾ, ਕਿਉਂਕਿ ਸਿਮਰਨਜੀਤ ਮਾਨ ਦਾ ਇੱਕ ਏਜੰਡਾ ਰਿਹਾ ਖਾਲਿਸਤਾਨ ਦੀ ਗੱਲ ਕਰਦੇ ਰਹੇ ਲਗਾਤਾਰ, ਪਰ ਜਿਵੇਂ ਪਿਛਲੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਹਨਾਂ ਨੂੰ ਅਮਰਗੜ੍ਹ ਤੋਂ ਵੀ ਵੋਟ ਵਧੀਆ ਪਈ ਅਤੇ ਮਹਿਲ ਕਲਾਂ 'ਚੋਂ ਵੀ ਵਧੀਆ ਵੋਟ ਪਈ, ਪਰ ਜਿੱਤਣ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ। ਇਸ ਵਾਰ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਜਿੱਤ ਨਸੀਬ ਹੋਊਗੀ? ਭਾਈ ਚੜ੍ਹਦੀ ਕਲਾ ਜਾ ਪੂਰੀ ਹਾਂ, ਨਸੀਬ ਹੁਣ ਤੁਹਾਨੂੰ ਪਤਾ ਜਿਹੜੀ ਲੀਡ ਆ 5000 ਤੇ ਜਾ ਰਹੀ ਆ ਹੈ ਨਾ, ਅਤੇ ਬਾਕੀ ਯੂਥ ਆ ਜਿਹੜਾ ਪੰਜਾਬ ਦਾ ਉਹ ਹੁਣ ਜਾਗ ਚੁੱਕਿਆ, ਉਹਨੂੰ ਪਤਾ ਲੱਗ ਚੁੱਕਿਆ ਵੀ ਇਹਨਾਂ ਨੇ ਕਿੰਨਾ ਕੁ ਬਦਲਾਅ ਲਿਆਉਂਦਾ ਝਾੜੂ ਵਾਲੇ। ਸਰਕਾਰ 3 ਮਹੀਨੇ ਪਹਿਲਾਂ ਬਣੀ ਆ, ਤੁਹਾਨੂੰ ਲੱਗਦਾ ਹੀ ਮੋਹ ਭੰਗ ਹੋ ਗਿਆ ਨਾ ਛੇਤੀ? ਭਾਈ ਭੰਗ ਹੀ ਹੋ ਗਿਆ ਮੋਹ, ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ, ਕਿਉਂਕਿ ਜਦੋਂ ਐਡੇ ਨੌਜਵਾਨ ਗੱਭਰੂ ਪੁੱਤ ਚਲੇ ਗਏ, ਮਾਮਾ ਦੇ ਇਕੱਲੇ ਇਕੱਲੇ ਮਾਮਾ ਦੇ ਇਕੱਲੇ ਇਕੱਲੇ ਪੁੱਤ ਸੀਗੇ ਉਹ ਚਲੇ ਗਏ, ਹੁਣ ਇਸ ਤੋਂ ਵੱਧ ਜ਼ਰ ਕੀ ਰਹਿ ਗਿਆ? ਇਸ ਸਿਚੁਏਸ਼ਨ ਤੇ ਕੋਈ ਗੀਤ ਸੁਣਾ ਸਕਦੇ ਹੋ ਤੁਸੀਂ? ਗਾਇਕ ਜ਼ਰੂਰ ਜ਼ਰੂਰ ਬਾਈ ਜ਼ਰੂਰ, ਇੱਕ ਮਿੰਟ ਖੜ ਜਾਓ ਮਾੜਾ ਜਿਹਾ। ਤਾਂ ਇਹ ਗਾਇਕ ਨੇ ਬੱਗੀ ਸਰਾਉਦ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਆਪਾਂ, ਉਹ ਗੀਤ ਵੀ ਸੁਣਾਉਣਗੇ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਆਮ ਆਦਮੀ ਪਾਰਟੀ ਪਛੜਦੀ ਦਿਖਾਈ ਦੇ ਰਹੀ ਹੈ। ਸਰਕਾਰ ਹੋਣ ਦੇ ਬਾਵਜੂਦ ਭਗਵੰਤ ਮਾਨ 2 ਵਾਰ MP ਬਣ ਚੁੱਕੇ ਨੇ, ਜੱਦੀ ਸੀਟ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਹੈ ਲਗਭਗ 5000 ਦੇ ਕਰੀਬ ਵੋਟਾਂ ਦੇ ਨਾਲ, ਤਾਂ ਇੱਥੇ ਮਾਹੌਲ ਸਿਮਰਨਜੀਤ ਸਿੰਘ ਮਾਨ ਦੇ ਪੱਖ ਵਿੱਚ ਪੂਰੀ ਤਰ੍ਹਾਂ ਬਣ ਗਿਆ। ਬਾਕੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੋਂ ਇਲਾਵਾ BJP ਅਤੇ ਕਾਂਗਰਸ ਪਿੱਛੇ ਦਿਖਾਈ ਦੇ ਰਹੀਆਂ। ਮੁਕਾਬਲੇ ਵਿੱਚ ਸਿਰਫ 2 ਹੀ ਪਾਰਟੀਆਂ ਨੇ, ਆਮ ਆਦਮੀ ਪਾਰਟੀ ਅਤੇ ਸਿਮਰਨਜੀਤ ਸਿੰਘ ਮਾਨ। ਇਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਅਤੇ ਇਹਨਾਂ ਨਾਲ ਗੀਤ ਆ ਜਿਹੜਾ ਉਹ ਵੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਹ ਗੀਤ ਉਹਨਾਂ ਯੋਧਿਆਂ ਦੇ ਨਾਂ ਸਰਨਾਜਲੀ ਹੈ ਬਾਈ ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲੇ ਨੂੰ, ਕਿਉਂਕਿ ਜਿਹੜੇ ਕੌਮੀ ਜਰਨਲ ਨੇ ਬੇਸ਼ੱਕ ਉਹ ਸਾਡੇ ਵਿੱਚ ਉਹਨਾਂ ਦੇ ਸਰੀਰ ਨਹੀਂ ਹੈ, ਪਰ ਉਹਨਾਂ ਦੀ ਜਿਹੜੀ ਸੋਚ ਹੈ ਉਹ ਸਾਡੇ ਵਿੱਚ, ਅਸੀਂ ਉਹਨਾਂ ਦੀ ਸੋਚ ਨੂੰ ਜਿਉਂਦੇ ਰੱਖਣਾ। 2 ਬੋਲੀਆਂ ਨਾਲ ਯੋਧਿਆਂ ਨੂੰ ਉਹ ਕੇਸਰੀ ਜੇ ਰੰਗ ਸਿਰਾਂ ਉੱਤੇ ਬੰਨ ਕੇ ਤੁਰ ਜਾਂਦੇ ਆਕੜਾਂ ਨੂੰ ਹੱਥੀ ਭੰਨ ਕੇ, ਉਹ ਕੇਸਰੀ ਜੇ ਰੰਗ ਸਿਰਾਂ ਉੱਤੇ ਬੰਨ ਕੇ ਤੁਰ ਜਾਂਦੇ ਆਕੜਾਂ ਨੂੰ ਹੱਥੀ ਭੰਨ ਕੇ, ਉਹ ਦੁਨੀਆ ਤੇ ਬਾਲ ਕੇ ਮਿਸਾਲ ਹੱਕਾਂ ਦੀ ਉਡਣੇ ਕਮਾਨਾਂ ਵਿੱਚੋਂ ਤੀਰ ਹੁੰਦਿਆ, ਉਹ ਸੂਰਮੇ ਦਲੇਰਾਂ ਦੀ ਨਾ ਸੋਚ ਮਰਦੀ ਮਰਦੇ ਤਾਂ ਮਿੱਤਰਾਂ ਸਰੀਰ ਹੁੰਦਿਆ, ਉਹ ਸੂਰਮੇ ਦਲੇਰਾਂ ਦੀ ਨਾ ਸੋਚ ਮਰਦੀ ਮਰਦੇ ਤਾਂ ਮਿੱਤਰਾਂ ਸਰੀਰ ਹੁੰਦਿਆ, ਉਹ ਔਖੇ ਹੁੰਦੇ ਅਣਖਾਂ ਦੇ ਪਾਠ ਪੜ੍ਹਨੇ ਮੋਢੀ ਬਾਣੇ ਕੌਮਾਂ ਲਈ ਜੁੱਧ ਲੜਨੇ, ਉਹ ਔਖੇ ਹੁੰਦੇ ਅਣਖਾਂ ਦੇ ਪਾਠ ਪੜ੍ਹਨੇ ਮੋਢੀ ਬਾਣੇ ਕੌਮਾਂ ਲਈ ਜੁੱਧ ਲੜਨੇ, ਉਹ ਬਿਰਲੇ ਹੀ ਸੱਚਦੇ ਨੇ ਰਾਹ ਤੁਰਦੇ ਵਾਧੂ ਕਲਰਾਂ 'ਚ ਜੰਡ ਤੇ ਕਰੀਰ ਹੁੰਦਿਆ, ਉਹ ਬਿਰਲੇ ਹੀ ਸੱਚਦੇ ਨੇ ਰਾਹ ਤੁਰਦੇ ਵਾਧੂ ਕਲਰਾਂ 'ਚ ਜੰਡ ਤੇ ਕਰੀਰ ਹੁੰਦਿਆ, ਉਹ ਸੂਰਮੇ ਦਲੇਰਾਂ ਦੀ ਨਾ ਸੋਚ ਮਰਦੀ
मरदे तो मित्रा शरीर होंदे आ सूरमे दलेरां दी ना सोच मरदी मरदे तो मित्रा शरीर होंदे आ कदे सूरमे दलेरां दी सोच नहीं मरदी बेशक शरीर विचकार साडे विचकार नहीं हैगे पर जिहड़ी उहनां दी सोच आ उह चढ़दी कला दे विच आ ते चढ़दी कला दे विच रहू सरदार सिमरजीत सिंह मान जी इत्थों जित रहे ने ते जितणगे चढ़दी कला दे विच जकारे गूंज रहे ने सरदार सिमरजीत सिंह मान सरदार सिमरजीत सिंह मान ठीक तुहानू की लगदा क्योंकि जिवें दीप सिद्धू दा एक्सीडेंट होया जां सिद्धू मूसेवाले दा कतल होया इहदे नाल तुहाडी पार्टी नूं जां सिमरजीत सिंह मान नूं इक तरां दा जिहड़ा बूस्ट मिलिया इत्थे इलाके दे विच क्योंकि पहलां सिमरजीत मान नूं चोणां दे विच खड़ा तां हुंदे सी पर वोटां नहीं सी पैंदियां तां लगदा कि बदलाव उसे करके ही आया नहीं देखो बदलाव तुसीं किवें मर्जी समझ लो हुण तुसीं आप भी सियाणे हो पत्रकार हो जो साडे नौजवान मुंडे चले गए फिर अजे असीं हुण नहीं जागांगे असीं आपदे जरनैल पिछे नहीं जावांगे तां लगदा वी लोकां दे विच ओह जिहड़ी चीज़ सी ओह निकल गई हाँ उहनां नूं पता लग गया भी सच्चा कौण आ ते झूठा कौण आ हना तीन महीनिआं जी बदलाव असीं देख लिया कि झाड़ू वाले ने किस तरह क्योंकि ये दूजी आर एस एस दे बंदे ने जिहड़े साडे पंजाब नूं खत्म करने बीजेपी ना मुकाबला ही साडा हुण उह तां तुहाडे सामणे ही मुकाबला किवें चल रहा सरदार सिमरजीत सिंह मान 5-6 हज़ार लीड ते चल रहे ने बहुत बहुत धन्यवाद ये सन बई बग्गी सरावत जिन्होंने गीत भी सुनाया तो उन्होंने कहना है कि सिमरनजीत सिंह मान इन चोणों के जित जरूर दर्ज करेंगे कि जिहड़ी लीड है वह जित दे विच तब्दील हो सकेगी कुछ ही समय के पता लग जाएगा बने रहो पंजाबी न्यूज़ कॉर्नर दे नाल।